पंजाब च पंचायती चोणां दी जिहड़ी वोटिंग है हो चुकी है ते कुछ टाइम बाद जिहड़ा रिजल्ट आने वाला है। इस नूं लैके साडे नाल गलबात करन लई शुगर फैड दे पंजाब दे चेयरमैन एडवोकेट नवदीप सिंह जी दा मौजूद है, करदे उहनां नाल गलबात। सति श्री अकाल बाई जी। सति श्री अकाल जी। सति श्री अकाल बाई जी। अज पंचायती चोणां पंजाब च जिहड़ी वोटिंग हो चुकी है, कुछ टाइम बाद रिजल्ट आने वाला है, की कहना चाहोगे इस बारे? देखो जिहड़ी पंचायती इलैक्शन है जिहड़ी आम आदमी पार्टी दे साडे मुख्यमंत्री सरदार भगवंत सिंह जी मान साहब ने और साडे सुप्रीमो श्री अरविंद केजरीवाल जी उन्होंने पहले कहता सी कि जिहड़ी इलैक्शन है प्रप्पे दी इलैक्शन है, पिंडां दी इलैक्शन है, पिंडां दी तरक्की दी इलैक्शन है। सो पार्टी लैवल ते तां इस तों थोड़ा जिहा हटके इक पिंडां दे भाईचारे ते असीं इलैक्शन जिहड़ी सारी करवाई है। सो शांतिपूर्ण जिहड़ी इलैक्शन होई है ओवरऑल जिहड़ा देखिआ कि कोई बहुती घटना नहीं घटी और जिहड़ियां वोटां बड़ियां शांति नाल पईआं और कुछ टाइम बाद जिहड़ा रिजल्ट आउण वाला है ਉਹ ਸਾਰਾ ਜਿਹੜਾ ਦੁੱਧ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਚਾਹੀਦਾ। ਜਿੱਦਾਂ ਸਾਹਿਬ ਜੇ ਗੱਲ ਕਰੀਏ, ਵਿਰੋਧੀ ਪਾਰਟੀਆਂ ਇਲਜ਼ਾਮ ਲਾਉਂਦੀਆਂ ਰਹੀਆਂ ਵੀ ਆਮ ਆਦਮੀ ਪਾਰਟੀ ਵੱਲੋਂ ਪੰਚਾਇਤੀ ਚੋਣਾਂ 'ਚ ਜਿਹੜਾ ਧੱਕਾ ਕੀਤਾ ਜਾ ਰਿਹਾ, ਕੀ ਕਹਿਣਾ ਚਾਹੋਗੇ? ਵਿਰੋਧੀ ਪਾਰਟੀਆਂ ਦੇਖੋ ਜੀ, ਜਦੋਂ ਜੇ ਵਿਰੋਧੀ ਪਾਰਟੀਆਂ ਇਸ ਤਰ੍ਹਾਂ ਦੇ ਐਲੀਗੇਸ਼ਨ ਲਾਉਂਦੀਆਂ ਕੋਈ ਸਬੂਤ ਕੋਈ ਪ੍ਰੂਫ ਦੇਣ, ਹਾਂ ਉਹਨਾਂ ਨੂੰ ਪਤਾ ਹੈ ਵੀ ਉਹਨਾਂ ਦਾ ਕੋਈ ਜਿਹੜਾ ਉਹਨਾਂ ਦੇ ਦੁਆਰਾ ਖੜਾ ਕੀਤਾ ਹੋਇਆ ਕੋਈ ਉਮੀਦਵਾਰ। ਦੇਖੋ ਪਹਿਲਾਂ ਤਾਂ ਮੈਂ ਪਹਿਲੀ ਗੱਲ ਕਹੀ ਹੈ ਕਿ ਆਮ ਆਦਮੀ ਪਾਰਟੀ ਨੇ ਬਿਲਕੁਲ ਜਿਹੜਾ ਲੋਕਾਂ ਦੇ ਭਾਈਚਾਰਕ ਸਾਂਝ ਨੂੰ ਬਣਾਉਣ ਦੇ ਲਈ ਮੁੱਖ ਮੰਤਰੀ ਸਾਹਿਬ ਨੇ ਪਹਿਲੇ ਇਹ ਗੱਲ ਕਹੀ ਸੀ ਕਿ ਆਪਦੇ ਜਿਹੜੇ ਚੰਗੇ ਬੰਦੇ ਆ ਪਿੰਡਾਂ ਦੇ ਵਿੱਚ ਉਹ ਚੁਣ ਲਓ, ਪਾਰਟੀ ਵਾਈ ਦੇ ਕੋਈ ਨਿਸ਼ਾਨ ਤੇ ਚੋਣ ਨਿਸ਼ਾਨ ਤੇ ਕੋਈ ਚੋਣ ਨਹੀਂ ਲੜਾਉਣੀ ਔਰ ਕਿਸੇ ਪਾਰਟੀ ਦਾ ਕੋਈ ਇਸ ਤਰ੍ਹਾਂ ਨਹੀਂ ਕਰਨਾ। ਹਾਂ ਜਿਹੜੀ ਵਿਰੋਧੀ ਪਾਰਟੀ ਆ ਉਹਨਾਂ ਦਾ ਕੰਮ ਹੈ ਕੋਈ ਚੰਗਾ ਕੰਮ ਵੀ ਨਹੀਂ ਹੋਣ ਦੇਣਾ, ਕਿਉਂਕਿ ਉਹ ਚਾਹੁੰਦੇ ਆ ਕਿ ਪਿੰਡਾਂ ਦੇ ਵਿੱਚ ਵੰਡੀਆਂ ਪੈਣ, ਪਿੰਡਾਂ ਦੇ ਵਿੱਚ ਲੜਾਈ ਹੋਵੇ, ਪਿੰਡਾਂ 'ਚ ਸਾਰਾ ਕੁਛ ਹੋਵੇ। ਸੋ ਬਿਲਕੁਲ ਝੂਠ ਬੋਲ ਰਹੇ ਆ ਵਿਰੋਧੀ ਪਾਰਟੀਆਂ। ਆਪਦੇ ਸਮੇਂ ਕੀ ਕਰਦੀਆਂ ਰਹੀਆਂ ਉਹ ਗੱਲ ਉਹ ਦੇਖਣ ਵਾਲੀ ਹੈ ਕਿ ਉਹ ਕਿੰਨਾ ਧੱਕਾ ਕਰਦੇ ਸੀ ਇਲੈਕਸ਼ਨ ਦੇ ਵਿੱਚ ਬੈਠੇ ਫੋਨਾਂ ਦੇ ਉੱਪਰ ਆਪਦੇ ਬੰਦੇ ਚਿਤਾ ਲੈਂਦੇ ਸੀਗੇ, ਧੱਕੇਸ਼ਾਹੀ ਦੇ ਨਾਲ ਜਿਹੜੇ ਬੈਲਟ ਪੇਪਰ ਗਾਇਬ ਕਰ ਦਿੰਦੇ ਸੀਗੇ। ਇਸ ਤਰ੍ਹਾਂ ਦੀ ਇੱਕ ਵੀ ਜਿਹੜੀ ਮਿਸਹੈਪਨਿੰਗ ਘਟਨਾ ਕੋਈ ਪੰਜਾਬ ਦੇ ਵਿੱਚ ਨਹੀਂ ਹੋਈ ਔਰ ਜਿਹੜੀਆਂ ਇਸ ਤਰ੍ਹਾਂ ਦੀਆਂ ਚੋਣਾਂ ਸ਼ਾਂਤੀਪੂਰਵਕ ਚੋਣਾਂ ਹੋਣੀਆਂ ਇੱਕ ਜਿਹੜਾ ਹੈ ਡੈਮੋਕਰੇਸੀ ਦਾ ਉਹਦੇ ਤੇ ਬਹੁਤ ਵੱਡਾ ਜਿਹੜਾ ਆਪਾਂ ਕਹਿ ਲਈਏ ਅੱਜ ਇੱਕ ਮਿਸਾਲ ਪੇਸ਼ ਕੀਤੀ ਆਮ ਆਦਮੀ ਪਾਰਟੀ ਨੇ। ਸੋ ਵਿਰੋਧੀ ਪਾਰਟੀਆਂ ਦਾ ਕੰਮ ਹੈ ਵਿਰੋਧ ਕਰਨਾ ਔਰ ਜਿਹੜਾ ਹੈ ਇਸ ਤਰ੍ਹਾਂ ਦੇ ਐਲੀਗੇਸ਼ਨ ਲਾਉਣਾ। ਲੋਕ ਭਲੀ ਭਾਂ ਜਾਣੂ ਨੇ ਸਿਆਣੇ ਨੇ ਕਿ ਜਿਹੜਾ ਆਮ ਆਦਮੀ ਪਾਰਟੀ ਨੇ ਇੱਕ ਭਾਈਚਾਰਕ ਸਾਂਝ ਦੀ ਗੱਲ ਕੀਤੀ ਹੈ। ਰਾਜਾ ਵੜਿੰਗ ਗਿੱਦੜ ਵਿੱਚ ਉਹਨਾਂ ਨੇ ਧਰਨਾ ਲਗਾਇਆ, ਸੁਖਵੀਰ ਸਿੰਘ ਬਾਦਲ ਨੇ ਧਰਨਾ ਲਗਾਇਆ ਵੀ ਸਾਡੇ ਜਿਹੜੇ ਕੈਂਡੀਡੇਟ ਸੀਗੇ ਪੰਚਾਇਤੀ ਚੋਣਾਂ ਨੂੰ ਲੈ ਕੇ ਪਿੰਡਾਂ 'ਚ ਉਹਨਾਂ ਦੇ ਜਿਹੜੇ ਕਾਗਜ਼ ਹੈ ਰੱਦ ਕਰਾਏ ਗਏ ਮੌਜੂਦਾ ਸਰਕਾਰ ਵੱਲੋਂ, ਕੀ ਕਹਿਣਾ ਚਾਹੋ? ਜੇ ਸੁਖਵੀਰ ਸਿੰਘ ਬਾਦਲ ਦੀ ਗੱਲ ਕਰੀਏ ਤਾਂ ਉਹ ਆਪਦਾ ਵਜੂਦ ਗਵਾ ਚੁੱਕੇ ਆ। ਉਹਨਾਂ ਦਾ ਕੰਮ ਤਾਂ ਸਿਰਫ ਤੇ ਸਿਰਫ ਰੌਲਾ ਪਾ ਕੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਆਪਦਾ ਚਿਹਰਾ ਪੇਸ਼ ਕਰਨਾ, ਕਿਉਂਕਿ ਲੋਕ ਉਹਨੂੰ ਭੁੱਲ ਚੁੱਕੇ ਆ। ਔਰ ਜੇ ਰਾਜਾ ਵੜਿੰਗ ਜੀ ਦੀ ਗੱਲ ਕਰਾਂ ਤਾਂ ਉਹ ਸਿਰਫ ਤੇ ਸਿਰਫ ਆਪਦੀ ਜਿਹੜੀ ਉਹਨਾਂ ਦੀ ਲੜਾਈ ਆ ਕਾਂਗਰਸ ਦੇ ਵਿੱਚ, ਬਾਜਵਾ ਜੀ ਤੇ ਰਾਜਾ ਵੜਿੰਗ ਜੀ ਦੇ ਵੱਡੇ ਲੀਡਰਸ਼ਿਪ ਹੈ, ਇਹਨਾਂ ਦੀ ਲੜਾਈ ਹੋਣਾ ਸਿਰਫ ਤੇ ਸਿਰਫ ਆਪਣੇ ਆਪ ਦਾ ਚਿਹਰਾ ਵੱਡਾ ਕਰਨਾ। ਉਹ ਕੋਈ ਵੀ ਤਰੀਕਾ ਗਲਤ ਤਰੀਕਾ ਅਡੋਪਟ ਕਰਕੇ ਵੀ ਕਰ ਰਹੇ ਆ, ਬਿਨਾਂ ਵਜ੍ਹਾ ਰੌਲਾ ਪਾ ਕੇ ਕਰ ਰਹੇ ਆ, ਝੂਠ ਬੋਲ ਕੇ ਕਰ ਰਹੇ ਆ, ਸਿਰਫ ਆਪਣੇ ਆਪ ਨੂੰ ਪੇਸ਼ ਕਰਨਾ ਕਿ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਸਾਡਾ ਜਿਹੜਾ ਚਿਹਰਾ ਉਹ ਸੀਐਮ ਤੌਰ ਤੇ ਅਸੀਂ ਉੱਭਰਨਾ ਹੈ। ਉਹਨਾਂ ਦੇ ਆਪਸ ਦੇ ਵਿੱਚ ਕੰਪੀਟੀਸ਼ਨ ਹੈ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਿ ਹਾਂ ਜਿਹੜੀ ਮਾਣਯੋਗ ਅਦਾਲਤ ਨੇ ਕੋਈ ਫੈਸਲਾ ਕੀਤਾ ਹੈ ਉਹ ਸਿਰ ਮੱਥੇ। ਦੇਖੋ ਜੇ ਕਿਤੇ ਥੋੜਾ ਬਹੁਤ ਅਦਾਲਤ ਨੂੰ ਲੱਗਿਆ ਤਾਂ ਪੈਂਡਿੰਗ ਉਹ ਫਿਰ ਜਿਹੜੀਆਂ ਚੋਣਾਂ ਹੋ ਜਾਣਗੀਆਂ। ਬਾਕੀ ਸਾਰੇ ਪੰਜਾਬ ਦੇ ਵਿੱਚ ਜਿਹੜੀ ਅੱਜ ਇਲੈਕਸ਼ਨ ਹੋਈ ਹੈ ਬੜੀ ਫੇਅਰ ਇਲੈਕਸ਼ਨ ਹੋਈ ਹੈ, ਬੜੀ ਸ਼ਾਂਤੀਪੂਰਵਕ ਇਲੈਕਸ਼ਨ ਹੋਈ ਹੈ ਔਰ ਇਸ ਤਰ੍ਹਾਂ ਦੀ ਜਿਹੜੀ ਮਿਸਾਲ ਆ ਕਦੇ ਪੰਚਾਇਤੀ ਚੋਣਾਂ ਦੇ ਵਿੱਚ ਪਹਿਲਾਂ ਕਦੇ ਪੇਸ਼ ਨਹੀਂ ਕੀਤੀ ਗਈ। ਜਿੱਦਾਂ ਸਭ ਜੇ ਗੱਲ ਕਰੀਏ ਆਮ ਆਦਮੀ ਪਾਰਟੀ ਪੰਚਾਇਤੀ ਚੋਣਾਂ 'ਚ ਜਿੱਤ ਪ੍ਰਾਪਤ ਕਰੇਗੀ? ਮੈਂ ਪਹਿਲਾਂ ਵੀ ਕਿਹਾ ਜੀ ਕਿ ਜਿਹੜੀਆਂ ਇਹ ਚੋਣਾਂ ਹੈ ਇਹ ਜਿਹੜੀ ਆਮ ਆਦਮੀ ਪਾਰਟੀ ਨੇ ਕਿਸੇ ਸਿੰਬਲ ਤੇ ਇਲੈਕਸ਼ਨ ਨਹੀਂ ਲੜੀ, ਇਹਨੂੰ ਆਮ ਆਦਮੀ ਪਾਰਟੀ ਦੇ ਪਾਰਟੀ ਤੌਰ ਤੇ ਇਲੈਕਸ਼ਨ ਲੜੀ, ਇਹ ਇੱਕ ਲੋਕਾਂ ਦੀ ਭਾਈਚਾਰਕ ਇਲੈਕਸ਼ਨ ਬਣਾ ਕੇ ਇਲੈਕਸ਼ਨ ਲੜੀ ਹੈ। ਔਰ ਸਾਡੇ ਮੁੱਖ ਮੰਤਰੀ ਸਾਹਿਬ ਨੇ ਸਾਡੇ ਸੁਪਰੀਮੋ ਜੀ ਨੇ ਅਰਵਿੰਦ ਕੇਜਰੀਵਾਲ ਜੀ ਨੇ ਇਹ ਗੱਲ ਕਹੀ ਸੀ ਕਿ ਪਿੰਡਾਂ ਦੇ ਵਿੱਚੋਂ ਚੰਗੇ ਬੰਦੇ ਚੁਣੋ ਜਿਹੜੇ ਕਿ ਤੁਹਾਡੇ ਪਿੰਡਾਂ ਦੇ ਤੁਹਾਡੇ ਵਾਰਡ ਦੇ ਕੰਮ ਕਰ ਸਕਣ। ਇਸ ਇਲੈਕਸ਼ਨ ਨੂੰ ਅਸੀਂ ਪਾਰਟੀ ਬਾਜੀ ਨਾਲ ਜੋੜ ਕੇ ਨਹੀਂ ਕਦੇ ਵੀ ਗੱਲ ਕਰਾਂਗੇ, ਕਿਉਂਕਿ ਜੇ ਇਸ ਤਰ੍ਹਾਂ ਦੀ ਗੱਲ ਹੁੰਦੀ ਤਾਂ ਸਿੰਬਲ ਤੇ ਇਲੈਕਸ਼ਨ ਲੜਦੇ ਔਰ ਜਿਵੇਂ ਵਿਰੋਧੀ ਪਾਰਟੀਆਂ ਕਰਦੇ ਧੱਕੇਸ਼ਾਹੀ ਕਰਦੇ। ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਅਸੀਂ ਕਹਿੰਦੇ ਜਿਹੜੇ ਪਿੰਡ ਦੇ ਵਿੱਚ ਜਿਹੜਾ ਲੋਕਾਂ ਨੇ ਫਤਵਾ ਦਿੱਤਾ, ਜਿਹੜਾ ਸਰਪੰਚ ਚੁਣ ਲਿਆ, ਉਹ ਸਰਪੰਚ ਦੀ ਜ਼ਿੰਮੇਵਾਰੀ ਹੋਊਗੀ ਲੋਕਾਂ ਦੀ ਸੇਵਾ ਕਰੇ, ਪਿੰਡ ਦੀ ਡਿਵੈਲਪਮੈਂਟ ਕਰੇ। ਇੱਥੇ ਪਾਰਟੀਬਾਜ਼ੀ ਦਾ ਕੰਮ ਨਹੀਂ ਆਉਣਾ ਚਾਹੀਦਾ। ਜਿੱਦਾਂ ਸਾਹਿਬ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਕਹਿ ਰਹੇ ਆ ਵੀ ਦੌਰਾਨ ਵਾਲੇ 2.5 ਸਾਲਾਂ ਦੇ ਅੰਦਰ ਪੰਜਾਬ ਨੂੰ ਇੱਕ ਵਾਰ ਫਿਰ ਜਿਹੜਾ ਰੰਗਲਾ ਪੰਜਾਬ ਬਣਾ ਦਿੱਤਾ ਜਾਏਗਾ, ਕੀ ਕਹਿਣਾ ਚਾਹੋ? ਬਿਲਕੁਲ ਜੀ, ਦੇਖੋ ਮੈਂ ਸਭ ਤੋਂ ਵੱਡੀ ਮਿਸਾਲ ਇਹ ਪੇਸ਼ ਕਰਦਾ ਕਿ ਜਿਹੜਾ ਪਹਿਲਾਂ ਰਵਾਇਤੀ ਪਾਰਟੀਆਂ ਦੇ ਸਮੇਂ ਦੇ ਵਿੱਚ ਥਾਣਿਆਂ ਦੇ ਵਿੱਚ
ਜਿਹੜੇ ਲੀਡਰਾਂ ਦੇ ਕੰਮ ਕੀ ਹੁੰਦੇ, ਇੱਕ ਨੂੰ ਅਰੈਸਟ ਕਰਵਾਤਾ, ਇੱਕ ਨੂੰ ਛੜਵਾਤਾ, ਅੱਜ ਦੇਖੋ ਪੀਸਫੁਲੀ ਜਿਹੜੇ ਥਾਣਿਆਂ ਦੇ ਵਿੱਚ ਜਿਹੜਾ ਕੰਮ ਕਾਰ ਸਾਰਿਆਂ ਦਾ ਹੋ ਰਿਹਾ। ਔਰ ਜਿਹੜਾ ਰੰਗਲਾ ਪੰਜਾਬ ਬਣਾਉਣ ਦੀ ਗੱਲ ਕੀਤੀ ਹੈ ਤਾਂ ਤੁਸੀਂ ਦੇਖੋ ਕਿੰਨੀਆਂ ਜੋਬਸ ਦਿੱਤੀਆਂ ਗਈਆਂ, ਬਿਜਲੀ ਫ੍ਰੀ ਕੀਤੀ ਗਈ ਆ, ਹੋਰ ਬੜੇ ਵੱਡੇ ਕੰਮ ਕੀਤੇ ਜਾ ਰਹੇ ਹੈ। ਪਰ ਮੈਨੂੰ ਇੱਕ ਬੜੀ ਜਿਹੜੀ ਇਹ ਗੱਲ ਦੇ ਕਹਿਣ ਦੇ ਵਿੱਚ ਕੋਈ ਹੱਤਕ ਮਹਿਸੂਸ ਨਹੀਂ ਕਰੂੰਗਾ, ਵਿਰੋਧੀ ਪਾਰਟੀਆਂ ਦਾ ਇੱਕੋ ਇੱਕ ਜ਼ੋਰ ਲੱਗਿਆ ਹੋਇਆ ਕਿ ਕਿਸੇ ਤਰੀਕੇ ਦੇ ਨਾਲ ਜਿਹੜੇ ਆਮ ਘਰਾਂ ਦੇ ਧੀ ਪੁੱਤ ਜਿਹੜੇ MLA ਬਣੇ ਆ ਜਾਂ ਮੁੱਖ ਮੰਤਰੀ ਬਣੇ ਆ ਉਹਨੂੰ ਬਦਨਾਮ ਕਰ ਦੀ। ਪਰ ਪੰਜਾਬ ਦੇ ਲੋਕ ਬੜੇ ਸਿਆਣੇ ਆ, ਸੂਝਵਾਨ ਹੈ, ਔਰ ਇਹ ਰੰਗਲਾ ਪੰਜਾਬ ਜਿਹੜਾ ਹੈ ਆਉਣ ਵਾਲੇ ਟਾਈਮ 'ਚ ਬਣ ਕੇ ਹੀ ਰਹਿਣਾ, ਕਿਉਂਕਿ ਜਿਹੜੀਆਂ ਪਾਲਿਸੀਜ਼ ਆ ਪਾਰਟੀ ਦੀਆਂ ਬੜੀਆਂ ਵਧੀਆ ਹੈ, ਲੋਕਾਂ ਦੇ ਹੱਕ 'ਚ ਹੈ, ਪਿੰਡਾਂ ਦੇ ਹੱਕ 'ਚ ਹੈ, ਸ਼ਹਿਰਾਂ ਦੇ ਹੱਕ 'ਚ ਹੈ, ਵਪਾਰੀਆਂ ਦੇ ਹੱਕ 'ਚ ਹੈ, ਔਰ ਲੋਕਾਂ ਦੇ ਹੱਕ 'ਚ ਹੈ, ਵੱਡੀ ਗੱਲ ਹੈ। ਤੇ ਆਉਣ ਵਾਲੇ ਸਮੇਂ 'ਚ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਪੂਰੀ ਕੋਸ਼ਿਸ਼ ਮੁੱਖ ਮੰਤਰੀ ਸਾਹਿਬ ਇਸ ਤਰੀਕੇ ਨਾਲ ਕਰਦੇ ਰਹਿਣਗੇ, ਆਮ ਆਦਮੀ ਪਾਰਟੀ ਕਰਦੀ ਰਹੂ। ਜਿੱਦਾਂ ਸਾਹਿਬ ਜੇ ਗੱਲ ਕਰੀਏ, ਤੁਸੀਂ ਕਿਹਾ ਵੀ ਕਿਸੇ ਵੀ ਪਾਰਟੀ ਦੇ ਸਿੰਬਲ ਤੇ ਚੁਣਾਵ ਜਿਹੜਾ ਨਹੀਂ ਲੜਿਆ ਜਾ ਰਿਹਾ, ਕੀ ਲੱਗਦਾ ਤੁਹਾਨੂੰ ਆਮ ਆਦਮੀ ਪਾਰਟੀ ਜੋ ਵੀ ਪਿੰਡਾਂ 'ਚ ਸਰਪੰਚ ਚੁਣ ਕੇ ਆਣਗੇ ਉਹਨਾਂ ਦੀ ਜਿਹੜੀ ਹੈ ਪੂਰੀ ਹੈਲਪ ਕੀਤੀ ਜਾਏਗੀ ਪੰਜਾਬ ਸਰਕਾਰ ਵੱਲੋਂ? ਬਿਲਕੁਲ ਜੀ, ਦੇਖੋ ਪਾਰਟੀ ਜਿਹੜਾ ਮੇਨ ਏਜੰਡਾ ਸੀ ਉਹ ਪਿੰਡਾਂ ਦੀ ਡਿਵੈਲਪਮੈਂਟ ਕਰਨਾ ਸੀ, ਉਸ ਤਰੀਕੇ ਦੇ ਨਾਲ ਜਿਹੜਾ ਹੈ ਪਿੰਡਾਂ ਦੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਦੇ ਹੋਏ ਮਾਨ ਸਾਹਿਬ ਵੱਲੋਂ ਵੀ ਇਹੀ ਜਿਹੜਾ ਮੈਸੇਜ ਦਿੱਤਾ ਗਿਆ ਸੀ ਕਿ ਪਿੰਡਾਂ ਦੇ ਵਿੱਚੋਂ ਪਾਰਟੀਬਾਜ਼ੀ ਨੂੰ ਖਤਮ ਕਰਕੇ ਇੱਕ ਚੰਗੇ ਇਨਸਾਨ ਨੂੰ ਮੈਂਬਰ ਬਣਾਓ, ਸਰਪੰਚ ਬਣਾਓ, ਤਾਂ ਕਿ ਜਿਹੜਾ ਚੰਗਾ ਬੰਦਾ ਕੋਈ ਅੱਗੇ ਆਉਂਦਾ, ਪੜ੍ਹਿਆ ਲਿਖਿਆ ਬੰਦਾ ਅੱਗੇ ਆਉਂਦਾ, ਚੰਗੇ ਕੰਮ ਕਰੂਗਾ, ਸਾਰੇ ਪਿੰਡਾਂ ਜਿਹੜੇ ਵੋਟਰਾਂ ਨੂੰ ਸਾਥ ਲੈ ਕੇ, ਪਿੰਡਾਂ ਦੇ ਲੋਕਾਂ ਨੂੰ ਸਾਥ ਲੈ ਕੇ ਨਾਲ ਲੈ ਕੇ ਚੱਲੂਗਾ। ਸੋ ਇੱਕ ਤਰੀਕੇ ਨਾਲ ਇੱਕ ਮਿਸਾਲ ਪੇਸ਼ ਕੀਤੀ ਗਈ ਹੈ ਕਿ ਲੋਕਾਂ ਦੇ ਵਿੱਚ ਫੁੱਟ ਨਾ ਪਾਈ ਜਾਵੇ, ਲੋਕਾਂ ਦੇ ਵਿੱਚ ਪਾਰਟੀਬਾਜ਼ੀ ਦੇ ਤਰੀਕੇ ਨਾਲ ਪਿੰਡਾਂ ਨੂੰ ਖਰਾਬ ਨਾ ਕੀਤਾ ਜਾਵੇ। ਕਿਉਂਕਿ ਪਹਿਲਾਂ ਕੀ ਹੁੰਦਾ ਸੀਗਾ ਕਿ ਜਿਹੜੇ ਪਾਰਟੀਆਂ ਆਪਦੇ ਬੰਦੇ ਜਿਤਾ ਲੈਂਦੀਆਂ ਸੀ, ਚੰਗੇ ਬੰਦੇ ਹਰਜਦੇ ਸੀਗੇ, ਇੱਥੇ ਹਰ ਇੱਕ ਇਹੀ ਮੈਸੇਜ ਦਿੱਤਾ ਗਿਆ ਕਿ ਹਰ ਇੱਕ ਪਿੰਡ ਦੇ ਜਿਹੜਾ ਵੋਟਰ ਨੂੰ ਅਧਿਕਾਰ ਆ ਕਿ ਚੰਗੇ ਬੰਦੇ ਚੁਣੋ ਤਾਂ ਕਿ ਪਿੰਡ ਦੀ ਡਿਵੈਲਪਮੈਂਟ ਹੋ ਸਕੇ। ਔਰ ਬਿਲਕੁਲ ਜਿਹੜਾ ਕੋਈ ਸਰਪੰਚ ਜਿੱਤ ਗਿਆ, ਜਿਹੜਾ ਕੋਈ ਸਰਪੰਚ ਪਿੰਡ ਦੁਆਰਾ ਚੁਣਿਆ ਗਿਆ, ਬਿਲਕੁਲ ਜਿਹੜੀ ਪਿੰਡ ਦੀ ਡਿਵੈਲਪਮੈਂਟ ਹੋਊਗੀ, ਸਾਰੇ ਪਿੰਡਾਂ ਦੀ ਗਰਾਂਟਾਂ ਵੀ ਦਿੱਤੀਆਂ ਜਾਣਗੀਆਂ ਔਰ ਪਿੰਡਾਂ ਦੀ ਡਿਵੈਲਪਮੈਂਟ ਤੇ ਜ਼ੋਰ ਲਾਇਆ ਜਾਊਗਾ। ਜਿੱਦਾਂ ਸਾਹਿਬ ਇਲੈਕਸ਼ਨ ਕਮਿਸ਼ਨ ਵੱਲੋਂ ਅੱਜ ਜਿਹੜੀ ਜ਼ਿਮਨੀ ਚੋਣਾਂ ਦਾ ਜਿਹੜਾ ਐਲਾਨ ਕਰ ਦਿੱਤਾ ਗਿਆ, ਕੀ ਕਹਿਣਾ ਚਾਹੋਗੇ ਇਸ ਬਾਰੇ? ਦੇਖੋ ਜ਼ਿਮਨੀ ਚੋਣਾਂ ਦਾ ਐਲਾਨ ਤਾਂ ਦੇਖੋ ਹੋਣਾ ਹੀ ਸੀਗਾ, ਜ਼ਿਮਨੀ ਚੋਣਾਂ ਹੋਣੀਆਂ ਸੀਗੀਆਂ, ਠੀਕ ਹੈ, ਐਲਾਨ ਕਰਤਾ ਜਿਹੜਾ ਇਲੈਕਸ਼ਨ ਕਮਿਸ਼ਨ ਨੇ ਫੈਸਲਾ ਲਿਆ। ਔਰ ਜਿਹੜੀ ਡੈਮੋਕ੍ਰੇਸੀ ਹੈ ਉਹ ਵੀ ਇਹੀ ਕਹਿੰਦੀ ਹੈ ਕਿ ਜਿੱਥੇ ਕਿਤੇ ਕੋਈ ਸੀਟ ਖਾਲੀ ਹੈ ਜਾਂ ਕਿਸੇ ਖਾਲੀ ਹੋਈ ਹੈ, ਕੋਈ MP ਬਣ ਗਏ ਸਾਡੇ ਲੀਡਰ ਸਾਹਿਬਾਨ ਜਾਂ ਕੋਈ ਵੀ ਬਣ ਗਏ, ਉੱਥੇ ਵੋਟਿੰਗ ਹੋਣੀ ਹੈ, ਤਾਂ ਬਿਲਕੁਲ ਚੰਗੀ ਗੱਲ ਹੈ। ਔਰ ਜਿਹੜਾ ਹੈ ਕੋਈ ਡੇਟ ਫਿਕਸ ਕੀਤੀ ਹੈ ਉਹ ਤੇ ਚੋਣਾਂ ਹੋਣੀਆਂ ਚਾਹੀਦੀਆਂ, ਔਰ ਜਿਹੜੀ ਆਮ ਆਦਮੀ ਪਾਰਟੀ ਹੈ ਉਹ ਜਿੱਤ ਪ੍ਰਾਪਤ ਕਰੇਗੀ ਔਰ ਬਹੁਤ ਵੱਡੀ ਲੀਡ ਦੇ ਨਾਲ ਜਿਹੜੇ ਸਾਰੇ ਸਾਡੇ ਜਿਹੜੇ ਉਮੀਦਵਾਰ ਹੋਣਗੇ ਉਹ ਜਿੱਤਣਗੇ। ਜੀ ਬਿਲਕੁਲ, ਇਹ ਸੀ ਐਡਵੋਕੇਟ ਨਵਦੀਪ ਸਿੰਘ ਜਿੱਦਾ, ਪੰਜਾਬ ਦੇ ਸ਼ੂਗਰਫੈਡ ਦੇ ਚੇਅਰਮੈਨ, ਜਿਨ੍ਹਾਂ ਨੇ ਕਿਹਾ ਕਿ ਪੰਚਾਇਤੀ ਚੋਣਾਂ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਪਿੰਡ ਦਾ ਜਿਹੜਾ ਸਰਪੰਚ ਹੈ ਉਹ ਕੋਈ ਵੀ ਬਣੇ, ਪੰਜਾਬ ਸਰਕਾਰ ਉਹਦੀ ਪੂਰੀ ਜਿਹੜੀ ਉਸਦੀ ਮਦਦ ਕੀਤੀ ਜਾਵੇਗੀ। ਅਤੇ ਉਹਨਾਂ ਨੇ ਜ਼ਿਮਨੀ ਚੋਣਾਂ ਬਾਰੇ ਵੀ ਕਿਹਾ ਕਿ ਆਮ ਆਦਮੀ ਪਾਰਟੀ ਜ਼ਿਮਨੀ ਚੋਣਾਂ ਵਿੱਚ ਜਿਹੜੀ ਹੈ ਬਹੁਤ ਵੱਡੀ ਜਿੱਤ ਪ੍ਰਾਪਤ ਕਰੇਗੀ। ਕੈਮਰਾਮੈਨ ਸੂਜਲ ਦੇ ਨਾਲ ਮਨੋਜ ਚਰਕੀਵਾਲ, ਦੈਨਿਕ ਸਵੇਰਾ TV, ਬਠਿੰਡਾ। ਦੈਨਿਕ ਸਵੇਰਾ ਅਤੇ ਫੋਕਸਵੈਗਨ 18, 19 ਅਤੇ 20 ਅਕਤੂਬਰ ਨੂੰ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿੱਚ ਤੁਹਾਡੇ ਲਈ ਲੈ ਆਏ ਨੇ ਆਟੋ ਐਕਸਪੋ 2024, ਜਿਸ ਵਿੱਚ ਤੁਹਾਨੂੰ ਮਿਲਣਗੀਆਂ ਲਗਜ਼ਰੀ ਕਾਰਾਂ, ਬਾਈਕਸ, ਕਿਡ ਜ਼ੋਨ, ਆਕਰਸ਼ਕ ਤੋਹਫੇ, ਫੂਡ ਕੋਰਟ, ਲਾਈਵ ਪਰਫਾਰਮੈਂਸਿਸ, ਫ੍ਰੀ ਮਹਿੰਦੀ ਤੇ ਨੇਲ ਆਰਟ ਵੀ ਦੁਪਹਿਰ 12 ਤੋਂ 8 ਵਜੇ ਤੱਕ। ਪਹੁੰਚੋ ਜ਼ਰੂਰ ਆਟੋ ਐਕਸਪੋ 2024, ਐਸੋਸੀਏਟ ਸਪਾਂਸਰ ਅਡਾਨੀ ਗੈਸ, ਇੰਟਰਟੇਨਮੈਂਟ ਪਾਰਟਨਰ ਮਿਰਚੀ ਐਂਡ ਗਾਨਾ। देश दुनिया की हर खबर सबसे पहले देखने के लिए फॉलो करें दैनिक सवेरा TV, यूट्यूब, फेसबुक, इंस्टाग्राम, एक्स और व्हाट्सएप चैनल पर।